ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਅੰਮ੍ਰਿਤਸਰ ਦੇ ਪੁਲਿਸ ਥਾਣਾ ਸਦਰ ਦੇ ਖੇਤਰ ਇੰਦਰਾ ਕਲੋਨੀ ਮਜੀਠਾ ਰੋਡ ਵਿਖੇ ਪੁਰਾਣੀ ਰੰਜਿਸ਼ ਦੇ ਚਲਦੇ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇੱਕ ਨੌਜਵਾਨ ਨੂੰ ਜ਼ਖਮੀ ਕਰਕੇ 8000 ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪਵਨ ਸਿੰਘ ਨੇ ਦੱਸਿਆ ਹੈ ਕਿ 12 ਦੇ ਕਰੀਬ ਨੌਜਵਾਨ ਪਲਸਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਜਾਂਦੇ ਜਾਂਦੇ ਤਨਖਾਹ ਵੀ ਖੋ ਕੇ ਆਪਣੇ ਨਾਲ ਲੈ ਗਏ। ਪਵਨ ਨੇ ਦੱਸਿਆ ਉਕਤ ਨੌਜਵਾਨਾਂ ਨਾਲ ਉਸਦਾ 1 ਮਹੀਨਾ ਪਹਿਲਾਂ ਵੀ ਝਗੜਾ ਹੋ ਚੁੱਕਾ ਹੈ, ਜਿਸਦਾ ਰਾਜ਼ੀਨਾਮਾ ਹੋ ਗਿਆ ਸੀ। ਉਸੇ ਰੰਜਿਸ਼ ਨੂੰ ਲੈ ਕੇ ਬੀਤੀ ਰਾਤ ਉਸਤੇ ਹਮਲਾ ਕੀਤਾ ਗਿਆ ਹੈ। ਹਾਂਜੀ ਜੀ, ਪਵਨ ਭਾਈ ਕੀ ਮਾਮਲਾ? ਮੈਂ ਭਾਈ ਦੁਕਾਨ ਬੰਦ ਕਰਕੇ ਆਉਂਦਾ ਹੈ ਘਰ, ਸੈਲਰੀ ਲਈ ਮੈਂ 8000 ਰੁਪਈਆ, ਅਤੇ ਇਹ ਜਿਹੜਾ ਵਾਰਸ ਪਾਰਸ ਸਾਹਮਣੇ ਦੁਕਾਨ ਦੇ ਦੋ ਭਰਾ ਵਾ, ਅਤੇ ਉਹਨਾਂ ਨੇ ਮੁੰਡੇ ਬੁਲਾਏ ਸੀ 10-12 ਜਣੇ, ਅਤੇ ਉਹਨਾਂ ਨੇ ਪਿੱਛੇ ਲਾ ਕੇ ਅਤੇ ਚੌਂਕ ਸਾਨੂੰ ਸੁੱਟਿਆ ਇੱਥੇ ਡਾਕਟਰ ਗਰਮੇਲ ਦੇ ਚੌਂਕ 'ਚ। ਉਹਨਾਂ ਨੇ ਲੱਤ ਮਾਰ ਕੇ ਸੁੱਟ ਕੇ ਤਾਂ ਸੱਟਾਂ ਮਾਰੀਆਂ, ਸਿਰ 'ਚ ਉਹਨਾਂ ਨੇ ਦਾਤਰ ਮਾਰਿਆ ਵਾ, ਆ ਮੋਢੇ 'ਤੇ ਉਹਨਾਂ ਨੇ ਬੈਸਬੋਲ ਮਾਰੇ ਆ, ਨਾਲ 8000 ਰੁਪਈਆ ਖੋ ਕੇ ਲੈ ਗਏ ਮੇਰਾ। ਕਿਹੜੇ ਬੰਦੇ? ਵਾਰਸ ਪਾਰਸ ਹੋਣੀ, ਦੋ ਭਰਾ। ਵਜ੍ਹਾ ਜੀ? ਉਹ ਪਹਿਲਾਂ ਉਹਨਾਂ ਨਾਲ ਝਗੜਾ ਆਇਆ ਸੀ ਅਤੇ ਉਹ ਰਾਜ਼ੀਨਾਮਾ ਹੋ ਗਿਆ ਸੀ, ਉਹਨਾਂ ਨੇ ਮਾਫ਼ੀ ਮੰਗ ਲਈ ਅਤੇ ਖਤਮ ਹੋ ਗਿਆ ਜੀ। ਇਹਨਾਂ ਨੇ ਫਿਰ ਦੁਬਾਰਾ ਮੁੰਡੇ ਪਵਾ ਕੇ ਸਿਰ ਪੜਾਇਆ ਵਾ, ਨਾਲ ਪੈਸੇ ਖੋ ਕੀਤੇ, ਇਹਨਾਂ ਨੇ ਖੋਹ ਮਾਈ ਕੀਤੀ ਆ, ਫੋਨ ਖੋਣ ਦੀ ਵੀ ਕੋਸ਼ਿਸ਼ ਕੀਤੀ ਇਹਨਾਂ ਨੇ, ਅਤੇ ਫੋਨ 'ਤੇ ਬਚਾ ਲਿਆ ਅਤੇ ਪੈਸੇ 8000 ਰੁਪਈਆ ਖੋ ਕੇ ਲੈ ਗਏ ਮੇਰੇ। ਕਿੱਥੇ ਸੱਟ ਲੱਗੀ? ਮੇਰੇ ਆ ਇੱਕ ਸਿਰ 'ਚ ਲੱਗੀ ਜੇ, ਦਾਤਰ ਵੱਜਾ ਜੇ, ਅਤੇ ਆ ਮੋਢੇ 'ਤੇ ਇਹਨਾਂ ਨੇ ਬੈਸਬੋਲ ਮਾਰੇ। ਪੁਲਿਸ ਨੂੰ ਦੱਸਿਆ? ਹਾਂਜੀ, ਪੁਲਿਸ ਨੂੰ ਦੱਸਿਆ ਜੀ। ਹਾਂਜੀ, ਨਾਮ? ਮੇਰਾ ਨਾਮ ਭੁੱਲੀ ਹੈਗਾ। ਕੀ ਮਾਮਲਾ? ਮਾਮਲਾ ਇੱਕ ਛੋਟਾ ਮੁੰਡਾ ਦਿਓਰ ਮੇਰਾ, ਉਹ ਕੰਮ 'ਤੇ ਗਿਆ ਸੀ ਪਵਨ, ਅਤੇ ਉਹ ਕੰਮ ਤੋਂ ਰਾਤੀ ਆਇਆ 9:30 ਵਜੇ ਵਾਪਸ। ਬਾਅਦ ਵਿੱਚ ਉਹ ਆਣ ਕੇ ਅਤੇ ਦੁਕਾਨ ਤੋਂ ਵਾਪਸ ਕਰਕੇ ਦੁਕਾਨ ਬੰਦ ਕਰਕੇ ਉਹ ਇੱਧਰ ਘਰ ਆਉਣ ਡਿਆ ਸੀ। ਉਹਦੇ ਕੋਲ ਸੈਲਰੀ 8500 ਰੁਪਈਆ, ਠੀਕ ਹੈ। ਮੁੜ ਕੇ ਉਹ ਜਦੋਂ ਪੈਸੇ ਲੈ ਕੇ ਆਉਣ ਡਿਆ ਵਾ, ਉਹਨੇ ਐਸ ਰੋਡ 'ਤੇ ਗਲੀ 'ਤੇ ਮੋੜਨਾ ਹੀ ਜੱਸੇ ਹਲਵਾਈ ਨੂੰ ਮੁੰਡਿਆਂ ਨੇ ਗਲ ਵੇਖ ਕੇ ਅਤੇ ਉੱਧਰ ਨੂੰ ਮੁੜ ਗਿਆ। ਉੱਧਰ ਜਾ ਕੇ ਮੁੰਡਿਆਂ ਨੇ ਗੱਡੀ ਨੂੰ ਠੁੱਡ ਮਾਰਿਆ, ਉਹ ਥੱਲੇ ਜਾ ਕੇ ਡਿੱਗ ਪਿਆ ਵਾ। ਨਾਲ ਜਿਹੜਾ ਮੁੰਡਾ ਲਵਲੀ ਸੀ ਉਹਨੂੰ ਫੜਨ ਲੱਗੇ, ਉਹ ਦੌੜ ਗਿਆ ਵਾ। ਇਹਨੂੰ ਇਕੱਲੇ ਨੂੰ ਬੈਸਬੋਲ ਮਾਰੇ ਆ, ਫਿਰ ਇਹਦੇ ਸਿਰ 'ਚ ਦਾਤਰ ਪੁੱਠੇ ਕਰਕੇ ਮਾਰੇ, ਫਿਰ ਇਹ ਮੁੜ ਕੇ ਜਦੋਂ ਦਾਤਰ ਮਾਰੇ ਆ ਅਤੇ ਇਹ ਮੁੜ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਕੋਈ ਭੱਜਿਆ ਨਹੀਂ ਗਿਆ। ਦੂਜਾ ਮੁੰਡਾ ਭੱਜ ਕੇ ਆਣ ਕੇ ਉਹਨੇ ਸਾਨੂੰ ਘਰ ਆਣ ਕੇ ਦੱਸਿਆ ਵੀ ਭਾਬੀ ਉਹਨੂੰ ਵੜ ਦਿੱਤਾ ਵਾ, ਉਹ ਫੌਜੀ ਆ, ਪਵਨ ਨੂੰ ਵੜ ਦਿੱਤਾ ਵਾ। ਅਸੀਂ ਮੁੜ ਕੇ ਗਏ ਹਾਂ, ਉਨੀ ਦਿਨ ਸਾਰੇ ਮੁੰਡੇ ਦੌੜ ਗਏ ਆ। ਮੁੜ ਕੇ ਅਸੀਂ ਉਹਨੂੰ ਥਾਣੇ ਲੈ ਕੇ ਗਏ ਹਾਂ, ਜਿਹਦੇ ਕੋਲ ਸਾਡਾ ਪਹਿਲਾ ਫੈਸਲਾ ਹੋਇਆ ਸੀ ਰਕੇਸ਼ ਸ਼ਰਮਾ ਕੋਲ। ਫਿਰ ਉਹਨੇ ਸਾਡੀ ਉੱਥੇ ਪਰਚਾ ਸਾਨੂੰ ਕੱਟ ਕੇ ਦਿੱਤਾ ਵੀ ਇਹਨੂੰ ਮੈਡੀਕਲ ਕਰਵਾ ਕੇ ਲਿਆਓ। ਫਿਰ ਉੱਥੇ ਅਸੀਂ ਲੈ ਕੇ ਗਏ ਹਾਂ, ਨਾ ਸਾਨੂੰ ਪੈਸੇ ਉਹਦੇ ਜੇਬ 'ਚੋਂ ਮਿਲੇ ਆ 8500 ਰੁਪਇਆ। ਅਤੇ ਮੁੰਡਾ ਸਾਡਾ ਸੀਰੀਅਸ ਹੈਗਾ ਸੀ। ਕਿਹੜੀ ਵਜ੍ਹਾ ਲੜਾਈ? ਵਜ੍ਹਾ ਇਹਨਾਂ ਦੀ ਕਾਫ਼ੀ ਦਿਨ ਹੋ ਗਏ ਸੀ, ਇਹਨਾਂ ਦੀ ਮਹੀਨਾ ਹੋ ਗਿਆ ਪਹਿਲਾਂ ਲੜਾਈ ਹੋਈ ਨੂੰ। ਲੜਾਈ ਹੋਈ ਹੈ ਅਤੇ ਇਹਨੇ ਮੁੰਡੇ ਨੇ ਕੀ ਕੀਤਾ, ਇਹਨੂੰ ਧਮਕੀਆਂ ਲਾਉਂਦਾ ਰਹਿੰਦਾ ਸੀ। ਧਮਕੀਆਂ ਲਾਈਆਂ ਵਾ ਇਹ ਮੁੰਡਾ, ਜੇ ਧਮਕੀਆਂ ਡਰਦਾ ਘਰ ਆਣ ਕੇ ਦੱਸ ਦਿੰਦਾ ਵੀ ਭਾਬੀ ਮੰਮੀ ਮੈਨੂੰ ਸਾਰੇ ਮਾਰਦੇ। ਉਹ ਮੁੰਡੇ ਧਮਕੀਆਂ ਲਾਉਂਦਾ ਹਰ ਦਮ ਮੈਨੂੰ, ਧਮਕੀਆਂ ਤੋਂ ਡਰਦੇ ਨੇ ਘਰ ਆਣ ਕੇ ਦੱਸਿਆ। ਵਾਰਸ ਦੇ ਵਾਰਸ ਪੁਲਿਸ ਨੂੰ ਦੱਸਿਆ? ਹਾਂਜੀ। ਇਸ ਸੰਬੰਧ ਵਿੱਚ ਪੁਲਿਸ ਚੌਂਕੀ ਮਜੀਠਾ ਰੋਡ ਬਾਈਪਾਸ ਦੇ ਇੰਚਾਰਜ ਰਾਜੇਸ਼ ਕੁਮਾਰ ਨੇ ਕਿਹਾ ਹੈ ਕਿ ਦੋਹਾਂ ਧਿਰਾਂ ਦੀਆਂ ਸ਼ਿਕਾਇਤਾਂ ਆਈਆਂ ਹਨ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ਼ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਕਲੋਨੀ ਰਾਤ ਕੋਈ ਪਵਨ ਕੁਮਾਰ ਦਾ ਨਾਂ ਦਾ ਲੜਕਾ ਹੈ ਜਿਹੜਾ ਕਿ ਦਰਖਾਸਤ ਦੇ ਕੇ ਗਿਆ ਵੀ ਮੈਂ ਇੰਦਰਾ ਕਲੋਨੀ ਦੇ ਲੱਗੇ ਆ ਰਿਹਾ ਸੀ ਅਤੇ ਪਿੱਛੋਂ ਮੈਨੂੰ ਆਣ ਕੇ 10-12 ਬੰਦੇ ਨੇ ਮਾਰਕੁੱਟ ਕੀਤੀ ਹੈ, ਉਹਦੇ ਸਿਰ 'ਤੇ ਸੱਟ ਲੱਗੀ, ਉਹਨੇ ਦਰਖਾਸਤ ਦਿੱਤੀ ਹੈ। ਇਹ ਜਿਹੜੀ ਕੋਈ ਇਹਨਾਂ ਦਾ ਪਹਿਲੋਂ ਵੀ ਝਗੜਾ ਹੋਇਆ ਸੀ ਇੱਕ ਹੋਰ ਬੰਦੇ ਨਾਲ, ਪਾਰਸ ਨਾਲ, ਵਾਰਸ ਅਤੇ ਪਾਰਸ ਭਰਾ ਨੇ, ਉਹਨਾਂ ਕੰਪਰੋਮਾਈਜ਼ ਹੋ ਗਿਆ ਸੀਗਾ। ਇਹ ਉਹਨਾਂ 'ਤੇ ਸ਼ੱਕ ਕਰਦੇ ਨੇ ਵੀ ਉਹਨਾਂ ਨੇ ਸਾਨੂੰ ਮਾਰਿਆ। ਇਹ ਜਿਹੜੀ ਹੈ ਦਰਖਾਸਤ ਸਾਡੇ ਕੋਲ ਆ ਗਈ ਹੈ, ਦਰਖਾਸਤ ਦੂਸਰੀ ਪਾਰਟੀ ਨੇ ਵੀ ਦਿੱਤੀ ਹੈ, ਇਹੀ ਇਹਦੀ ਵੈਰੀਫਾਈ ਕਰ ਰਹੇ ਹਾਂ। ਬਿਲਕੁਲ ਗਲਤ ਇਨਫੋਰਮੇਸ਼ਨ ਹੈ ਜੀ ਇਹ ਤੁਹਾਡੇ ਕੋਲ, ਜਿਹੜੀ ਸਾਡੇ ਕੋਲ ਦਰਖਾਸਤ ਪਈ ਆ, ਦੇਖੋ ਇੱਥੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਇਹ ਸਿਰਫ ਇਹਨਾਂ ਦੀ ਪੁਰਾਣੀ ਰੰਜਿਸ਼ ਹੈ, ਉਹਦੇ ਕਰਕੇ ਇੱਕ ਦੂਜੇ ਦੇ ਖਿਲਾਫ ਦੋਨੋਂ ਬਲੇਮ ਲਾ ਰਹੇ ਹਾਂ। ਹਾਂਜੀ, ਇਹਨਾਂ ਨੇ ਮਾਰੇ ਕੁੱਟੇ ਬੰਦੇ ਖੜੇ, ਉਹ ਪਤਾ ਹੀ ਨਹੀਂ ਜੀ, ਅਨਨੋਨ ਬੰਦੇ ਨੇ, ਉਹਨਾਂ ਦਾ ਨਾਂ ਨਹੀਂ ਅਜੇ ਪਤਾ ਲੱਗਾ, ਇਹ ਸਾਰੀ ਪੜਤਾਲ ਕਰ ਰਹੇ ਹਾਂ, ਜੋ ਪਤਾ ਲੱਗੇਗਾ ਉਹ ਤੁਹਾਨੂੰ ਸਾਰੀ ਦੱਸਾਂਗੇ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।